आसे पासे रेंदे होए लोकां ने जद अग नूं देखिया तां मौके ते ही चीक चहाड़ा मच गया, हफड़ा दफड़ी मच गई। इस तों बाद दमकल विभाग नूं सूचित कीता गया, मौके ते पुलिस पहुंचदी है ते फिर दमकल विभाग दे मुलाजमां दे वल्लों अग नूं काबू पाउण दी कोशिशां कीतियां जांदियां ने। दस्सिया जा रहा है कि 8 तों 10 गड्डियां लग गईआं पाणी दीआं इस अग नूं काबू करन दे विच। अग इन्नी भयानक सी कि मिंटां सकिंटां दे विच ही इसने नाल दीआं 2 दुकानां नूं भी अपना शिकार बना लिया अते एक नाल दी जो दुकान सी वह भी अग की चपेट दे विच आ गई। तां खबर अमृतसर तों सामने आई है जिथे कि जहाजगढ़ इलाके दे विच भयानक अग लगी है। टायरां दी दुकान ते अग लगी है, मालक दा रो रो के बुरा हाल है, लखां दा नुकसान होया, दुकान च पिया सारा समान सड़ के सुआह हो गया। जिवें ही आसे पासे गुजर रहे जां रहिंदे लोकां नूं पता लगा कि अग लगी हुई है दुकान ते, तां उहनां दे वल्लों जल्द तों जल्द दमकल विभाग नूं सूचित कीता गया, जिस तों बाद मुलाजमां दे वल्लों कड़ी मशक्कत तों बाद अग ते काबू पाया गया। तां मौके दीआं तस्वीरां वी सामने आईआं ने जिस च देखिआ जा सकदा है कि दुकान च अग लगी हुई है अते अग इन्नी भयानक सी कि मिंटां सकिंटां दे विच ही उसने नाल लगदीआं दुकानां नूं वी अपनी चपेट च लै लिया, जिन्हां दा वी वड्डा नुकसान होया। पर हालांकि एक खबर यह भी सामने आई है कि कुछ शरारती अंसरां दे वल्लों इस अग नूं लगाया गया सी ते फिलहाल पुलिस इस मामले दे विच जांच कर रही है कि किन्हां कारणां दे करके ये अग लगी है जां किहड़े उह शरारती अंसर ने जिन्हां दे वल्लों इस घटना नूं अंजाम दिता गया। तां खबर अमृतसर तों है जिथे कि एक टायरां दी दुकान च भयानक अग लगी है। ਮੇਰੇ ਵੱਡੇ ਜੀ ਪ੍ਰਧਾਨ ਜੀ ਨੇ ਸੋਹਰੀ ਬੇਨਤੀ ਕੀਤੀ ਹੋਣੀ ਜੱਗ ਨਾ ਬੋਲੋ, ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਹੈਗੀ। ਉਹ ਤੇ ਮੁਸਲਮਾਨ ਹੈ, ਮੁਸਲਮਾਨਾਂ ਦੇ ਬਾਹਰੋਂ ਇੱਥੇ ਕਿ ਬੋਲਦੇ ਆ? ਉਹਨਾਂ ਦੀ ਤਾਰ ਦੀ ਵੈਰਿੰਗ ਸਾਰ ਦੇ ਪਟਾਕੇ ਪੈਂਦੇ ਆ, ਪਟਾਕੇ ਪੈਣ ਦੇ ਬਾਵਜੂਦ ਕੋਈ ਚੁਣਾਈ ਨਹੀਂ ਹੋਈ। ਗੱਲ ਹੀ ਭਾਜੀ ਬਾਹਰੋਂ ਅੱਗ ਲੱਗ ਕੇ ਫੇਰ ਅੰਦਰ ਫੈਲੀ ਹੈ। 150 ਦੁਕਾਨਦਾਰ ਹੈਗਾ ਸਰ, ਲੱਗਣ ਦਾ ਕਾਰਨ ਤੇ ਪਤਾ ਨਹੀਂ ਹੈ। ਮਨਦੀਪ ਸਿੰਘ ਵਲੰਟੀਅਰ ਆਫ ਸੇਵਾ ਸਾਡੀ ਬੈਰੋਗੇਟ ਢਾਵਸੀ ਰਾਮ ਤੋਂ ਹੈ। ਜਦੋਂ ਸਾਨੂੰ 10 ਵਜੇ ਇਤਲਾਹ ਮਿਲੀ ਹੈ ਔਨ ਦਾ ਸਪੋਟ, 2 ਗੱਡੀਆਂ, ਇੱਕ ਕਾਰਪੋਰੇਸ਼ਨ ਦੀਆਂ ਅਤੇ ਇੱਕ ਸੇਵਾ ਸਾਡੀ ਬੈਰੋਗੇਟ ਢਾਵਸੀ ਰਾਮ ਦੀ, ਗੱਡੀਆਂ ਮੌਕੇ 'ਤੇ ਪਹੁੰਚੀਆਂ। ਜਦੋਂ ਆ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ, ਮਗਰ ਬਾਅਦ ਦੇ ਵਿੱਚ ਅਸੀਂ ਫੋਨ ਕਰਕੇ ਇਮੀਡੀਏਟਲੀ ਗੱਡੀਆਂ ਬੁਲਾਈਆਂ, ਘੱਟੋ ਘੱਟ 7 ਤੋਂ 8 ਗੱਡੀਆਂ ਇਮੀਡੀਏਟਲੀਆਂ ਪਹੁੰਚ ਚੁੱਕੀਆਂ। ਹੁਣ ਕਾਫੀ ਮੁਸ਼ਕਲ ਦੇ ਬਾਅਦ ਅਸੀਂ 1.5 ਘੰਟੇ ਦੀ ਮੁਸ਼ਕਲ ਦੇ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿੱਤਾ ਗਿਆ। ਇਹ ਭਾਈ ਕਾਹਦੀ ਦੁਕਾਨ ਸੀ ਇਹ? ਸਰ ਇਹ ਟਾਇਰਾਂ ਦੀ ਦੁਕਾਨ ਹੈ, ਨਾਲ ਵਿੱਚ ਪੱਖਿਆਂ ਦੀ, ਪੱਖੇ ਵੀ ਪਏ ਹੋਏ ਆ, ਉਸ ਸ਼ੋਅ ਉਸ ਚੀਜ਼ ਦੀ ਸ਼ੋਪ ਹੈਗੀ ਹੈ। ਇੱਕ ਦੁਕਾਨ ਨੂੰ ਲੱਗੀ ਕਿ ਨਾਲ ਦੀ ਦੁਕਾਨ? ਨਹੀਂ ਸਰ, ਦੁਕਾਨਾਂ ਨੂੰ 2 ਨੂੰ ਲੱਗੀ ਆ, ਤੀਸਰੀ ਨੂੰ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਕਿ ਤੀਸਰੀ ਅੱਗ ਤੱਕ, ਆਹ ਦੁਕਾਨ ਤੱਕ ਨਹੀਂ ਪਹੁੰਚ ਦਿੱਤੀ ਅੱਗ। ਅੱਗ ਲੱਗਣ ਦਾ ਕਾਰਨ ਕੀ ਰਿਹਾ? ਕਾਰਨ ਨਹੀਂ ਹਜੇ ਪਤਾ ਸਰ, ਇਹਦੇ ਬਾਅਦ ਦੇ ਵਿੱਚ ਪਤਾ ਲੱਗੇਗਾ ਮਾਲਕਾਨਾ ਜਿਹੜਾ। ਇੱਥੇ ਪਿੱਛੇ ਵੀ ਜਾਇਗੜ ਲੱਗ ਰਹੇ ਅੱਗ ਲੱਗੀ ਸੀ, ਉਹਦੇ ਸੰਬੰਧੀ ਮਤਲਬ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਹਰ ਵਾਰ ਇੱਥੇ ਅੱਗ ਲੱਗਦੀ ਹੈ, ਲਗਾਈ ਜਾਂਦੀ, ਕੀ ਕਾਰਨ ਹੁੰਦਾ? ਸਰ ਇਹ ਕੁਛ ਨਹੀਂ ਕਹਿ ਸਕਦੇ, ਕੁਛ ਸ਼ਰਾਰਤੀ ਅੰਸਰ ਵੀ ਕਈ ਵਾਰ ਲਗਾ ਜਾਂਦੇ ਆ, ਸਾਨੂੰ ਸ਼ੋਪਕੀਪਰ ਜਿਹੜੇ ਕਹਿੰਦੇ ਆ ਕਿ ਕਈ ਵਾਰ ਉਹ ਅੱਗ ਲਗਾ ਜਾਂਦੇ ਆ, ਕੋਈ ਸਿਗਰਟ ਪੀ ਕੇ ਸੁੱਟ ਗਿਆ, ਕਈ ਇਸੇ ਤਰੀਕੇ ਨਾਲ ਲੱਗ ਜਾਂਦੀ ਹੈ। ਅੱਜ ਕੱਲ੍ਹ ਵੈਸੇ ਦੀਵਾਲੀ ਦੇ ਦਿਨ ਚੱਲ ਰਹੇ ਆ, ਕੁਛ ਕਹਿ ਨਹੀਂ ਸਕਦੇ ਅਸੀਂ। ਕਿਆ ਡਿਪਾਰਟਮੈਂਟ ਵੱਲੋਂ ਇਸ ਚੀਜ਼ ਦੇ ਉੱਪਰ ਜਾਂਚ ਹੋਏਗੀ ਕਿ ਵਾਰ ਵਾਰ ਜਹਾਜਗੜ੍ਹ ਦੇ ਜਾ ਕੇ ਉਹ ਲਗਾਈ ਜਾਂਦੀ ਹੈ? ਸਰ ਇਹ 'ਤੇ ਪੂਰੀ ਇਨਕੁਆਇਰੀ ਕੀਤੀ ਜਾਏਗੀ ਬਾਅਦ ਦੇ ਵਿੱਚ। ਅਤੇ ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ? ਹਾਂਜੀ, ਅੱਗ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿੱਤਾ। ਕੋਈ ਜਾਨੀ ਨੁਕਸਾਨ ਹੈ, ਮਾਲੀ ਨੁਕਸਾਨ? ਮਾਲੀ ਹੋਇਆ ਤਾਂ ਜਾਨੀ ਨੁਕਸਾਨ ਤੋਂ ਬਚਾਇਆ ਪਤਾ। ਸਰ ਇਹ ਕਿਹੜੀ ਜਗ੍ਹਾ 'ਤੇ ਅੱਗ ਲੱਗੀ ਅਤੇ ਕੀ ਕਾਰਨ ਦੇ ਅੱਗ ਲੱਗਣ ਦਾ? ਜਹਾਜਗੜ੍ਹ ਲੱਗੀ ਹੈ ਜੀ ਅੱਗ, ਅਤੇ ਟਾਇਰਾਂ ਵਾਲੀ ਦੁਕਾਨ ਹੈ ਜੀ ਇੱਥੇ, ਰਿੰਕੂ ਰਿੰਕੂ ਦੀ ਦੁਕਾਨ ਹੈ ਟਾਇਰਾਂ ਵਾਲੀ, ਉਹਦੇ ਵਿੱਚ ਬਾਕੀ ਇਹ ਵੈਰੀਫਾਈ ਕਰ ਲਾਂਗੇ ਜੀ ਕੀ ਗੱਲ ਹੋਈ ਹੈ ਜੀ, ਕੀ ਕਾਰਨ ਹੈ ਜੀ ਇਹਦਾ। ਕਿੰਨੀਆਂ ਗੱਡੀਆਂ ਸਰ ਪਾਣੀ ਦੀ ਲੱਗ ਚੁੱਕੀਆਂ? ਪਾਣੀ ਦੀਆਂ ਘੱਟੋ ਘੱਟ 10-11 ਗੱਡੀਆਂ ਆ ਗਈਆਂ ਜੀ ਪਾਣੀ ਦੀਆਂ। ਕੋਈ ਸੁਣਨ 'ਚ ਆ ਰਿਹਾ ਸਰ, ਉਹ ਕਹਿ ਰਹੇ ਕਿ ਨਾਲ ਦੇ ਗੁਆਂਢੀ ਜਾਂ ਕੋਈ ਮੁਸਲਮਾਨ ਇੱਥੇ ਆ ਕੇ ਕੋਈ ਮਤਲਬ ਕੁਛ ਅੱਗ ਉਗਦਾ ਪੰਗੇ ਲੈਂਦੇ ਨੇ? ਉਹਨਾਂ ਨੇ ਅੱਗੇ ਵੀ ਮਾਰਕੀਟ ਪ੍ਰਧਾਨ ਨੂੰ, ਕਮੇਟੀ ਨੂੰ ਮਤਲਬ ਕਾਫੀ ਵਾਰੀ ਉਹਨਾਂ ਵੱਲੋਂ ਕਿਹਾ ਗਿਆ, ਸ਼ਿਕਾਇਤ ਕੀਤੀ ਗਈ ਹੈ, ਸਾਰਾ ਵੈਰੀਫਾਈ ਕਰ ਲਾਂਗੇ ਜੀ ਉਹ ਕੀ ਗੱਲ ਹੈਗੀ ਹੈ ਸਾਰਾ ਵੈਰੀਫਾਈ। ਹੁਣ ਸਰ ਅੱਗ 'ਤੇ ਕਿੰਨਾ ਕਾਬੂ ਪਾਇਆ ਗਿਆ ਕਿ ਨਹੀਂ? ਹਾਂਜੀ ਉਹ ਬਿਲਕੁਲ ਠੀਕ ਹੈ ਜੀ। ਕੋਈ ਜਾਨੀ ਨੁਕਸਾਨ? ਨਹੀਂ, ਬਚਾਅ ਵਾਲੀ ਜਾਨੀ ਨੁਕਸਾਨ ਕੋਈ।